due to heavy rain we have decided to go our home now. ਬਹੁਤ ਜ਼ਿਆਦਾ ਮੀਂਹ ਪੈ ਰਿਹਾ ਇਸ ਕਰਕੇ ਸਾਨੂੰ ਇੱਥੇ ਘੁੰਮਣ ਦਾ ਕੋਈ ਮਜ਼ਾ ਨਹੀਂ ਹੈ, ਕੋਈ ਰਹਿ ਨਹੀਂ ਸਕਦੇ. ਜਾਮ ਲੱਗਿਆ ਪਿਆ ਜੀ ਮੀਂਹ ਨੇ ਨਾਲ, ਮੈਨੂੰ ਲੱਗਦਾ ਸਲਾਈਡਿੰਗਾਂ ਨਾ ਹੋ ਗਈਆਂ ਹੁਣ ਕਿਤੇ. ਅੱਜ 3 ਬਾਗ ਅਸੀਂ ਚੰਗੀ ਤਰ੍ਹਾਂ ਘੁੰਮ ਸਕੇ. ਸਭ ਤੋਂ ਪਹਿਲਾਂ ਗਏ ਅਸੀਂ ਟਿਊਲਿਪ ਗਾਰਡਨ, ਦੂਸਰੇ ਨੰਬਰ 'ਤੇ ਗਏ ਅਸੀਂ ਚਸ਼ਮੇ ਸ਼ਾਹੀ, ਅਤੇ ਤੀਸਰੇ ਟਾਈਮ 'ਤੇ ਅਸੀਂ ਗਏ ਪਰੀ ਮਹਿਲ. ਉਸ ਤੋਂ ਬਾਅਦ ਅਸੀਂ ਜਾਣਾ ਸੀ ਨਿਸ਼ਾਂਤ ਗਾਰਡਨਸ, ਜਾਂ ਇਹਨੂੰ ਮੁਗਲ ਗਾਰਡਨਸ ਦੇ ਨਾਂ ਨਾਲ ਵੀ ਜਾਣਦੇ ਆ. ਬਟ ਪ੍ਰੋਬਲਮ ਇਹ ਆ ਗਈ ਕਿ ਸ਼ਾਇਦ ਕੱਲ੍ਹ ਈਦ ਸੀ, ਇੱਥੋਂ ਦੇ ਲੋਕਲ ਜਿਹੜੇ ਲੋਕ ਆ ਉਹ ਵੀ ਇਹਨਾਂ ਦੇ ਧਾਰਮਿਕ ਸਥਾਵਾਂ ਜਿਹੜੀਆਂ ਹੈਗੀਆਂ ਥਾਂ ਉੱਥੇ ਆਉਂਦੇ ਆ ਮੁਸਲਿਮ ਲੋਕ, ਅਤੇ ਕਰਾਊਡਡ ਹੋ ਗਿਆ ਪੂਰਾ ਸਿਟੀ, ਬਹੁਤ ਜ਼ਿਆਦਾ ਰਸ਼ ਹੋ ਗਿਆ. ਇਸ ਕਰਕੇ ਜਿਹੜੀ ਡੱਲ ਲੇਕ ਦੇ ਨਾਲ ਨਾਲ ਆ ਸਾਰੀ ਰੋਡ ਇਹ ਬਹੁਤ ਜ਼ਿਆਦਾ ਬਿਜ਼ੀ ਹੋ ਚੁੱਕੀ ਹੈ. ਅਤੇ ਅਸੀਂ ਉੱਥੋਂ ਚੱਲੇ ਪਰੀ ਮਹਿਲ ਤੋਂ, ਅਤੇ ਮਸਾਂ ਜਾ ਕੇ ਥੋੜ੍ਹੀ ਜਿਹੀ ਡਿਸਟੈਂਸ ਹੀ ਹੋਇਆ ਸਾਡੇ ਤੋਂ, ਸਾਨੂੰ ਫਿਰ ਆ ਕੇ ਇੱਕ ਥਾਂ ਦੇ ਉੱਤੇ ਖੜ੍ਹਨਾ ਪਿਆ ਵੀ ਉਦੋਂ ਨੂੰ ਹੋ ਸਕਦਾ ਟ੍ਰੈਫਿਕ ਘੱਟ ਜੇ. ਬਹੁਤ ਜ਼ਿਆਦਾ ਘੰਟਾ, ਡੇਢ ਘੰਟਾ ਤਾਂ ਅਸੀਂ ਜਾਮ 'ਚ ਫਸੇ ਰਹੇ ਹਾਂ, ਅਤੇ ਅੱਧਾ ਘੰਟਾ ਅਸੀਂ ਜਾਮ ਖੁੱਲ੍ਹਣ ਤੋਂ ਬਾਅਦ ਟ੍ਰੈਫਿਕ 'ਚ ਰਹੇ ਹਾਂ. ਫਿਰ ਅਸੀਂ ਇੱਕ ਇੱਥੇ ਰੈਸਟੋਰੈਂਟ ਸੀਗਾ ਖਾਣ ਵਾਸਤੇ, ਉੱਥੇ ਖੜ੍ਹ ਗਏ ਹਾਂ. ਲੰਚ ਕਰਨਾ ਸੀਗਾ, ਭੁੱਖ ਬਹੁਤ ਲੱਗੀ ਸੀ ਸਾਰੇ ਬੱਚਿਆਂ ਨੂੰ. ਬਟ ਜਿੰਨਾ ਸੁਬਹਾ ਦੁਪਹਿਰੋਂ ਪਹਿਲਾਂ ਮਜ਼ਾ ਆਇਆ, ਉਸ ਤੋਂ ਬਾਅਦ ਉਨੀ ਹੀ ਖੱਜਲ ਖੁਆਰੀ ਹੋਈ. ਇਹ ਰੈਸਟੋਰੈਂਟ ਹੈ, ਬਹੁਤ ਬਿਊਟੀਫੁਲ ਹੈ. ਉਹ ਸਾਹਮਣੇ ਜਿਹੜੀ ਰੋਡ ਹੈ ਉਹ ਡੱਲ ਲੇਕ ਦੇ ਨਾਲ ਨਾਲ ਹੈ. ਸੋ ਐਵੇਂ ਹੁੰਦਾ ਹੀ ਹੈ, ਕਈ ਵਾਰੀ ਤੁਹਾਨੂੰ ਮਜ਼ਾ ਆਉਂਦਾ ਜਦੋਂ, ਅਤੇ ਉਸ ਤੋਂ ਬਾਅਦ ਖੱਜਲ ਖੁਆਰੀਆਂ ਵੀ ਹੋ ਜਾਂਦੀਆਂ. ਇਹ ਤੁਹਾਡੇ ਟਰੈਵਲਿੰਗ ਦਾ ਹਿੱਸਾ ਹੁੰਦੇ ਆ ਜਿਹਦੇ ਉੱਤੇ ਕੋਈ ਜ਼ੋਰ ਨਹੀਂ ਹੁੰਦਾ. ਜਦੋਂ ਘਰੋਂ ਨਿਕਲਦੇ ਹਾਂ ਤਾਂ ਇਹ ਸਾਰਾ ਕੁਛ ਮੈਨੇਜ ਨਹੀਂ ਹੁੰਦਾ, ਪਹਿਲਾਂ ਆਪਣੇ ਆਪ ਹੀ ਕਰਨਾ ਪੈਂਦਾ. ਸਾਡੇ ਸਾਰੇ ਪਰਿਵਾਰ ਦੇ ਲੋਕ ਬੈਠੇ, ਵੱਡੇ ਭਾਈ ਸਾਹਿਬ ਆਪਣੇ ਖਾਣੇ ਦਾ ਆਰਡਰ ਦੇ ਰਹੇ, ਇੱਧਰ ਥੋੜ੍ਹੇ ਜਿਹੇ ਆਪਣੇ ਮੁਸਲਿਮ ਲੋਕ ਹੈ, ਇੱਧਰ ਬੱਚੇ. ਟ੍ਰੈਫਿਕ ਦੇ ਵਿੱਚ ਕਿੰਨਾ ਕੁ ਮਜ਼ਾ ਆਇਆ? ਸਜ਼ਾ ਆਇਆ, ਬਹੁਤ ਸਜ਼ਾ ਹੋਈ. ਜਿੰਨਾ ਪਹਿਲਾਂ ਮਜ਼ਾ ਆਇਆ 3 ਗਾਰਡਨ ਦਾ, ਉਸ ਤੋਂ ਬਾਅਦ ਸਾਰਾ ਉਹ ਨਾ ਕੰਮ ਖਰਾਬ ਹੋ ਗਿਆ. ਚਲੋ ਟ੍ਰੈਵਲਿੰਗ ਦੇ ਵਿੱਚ ਇਹ ਵੀ ਇੱਕ ਹਿੱਸਾ ਹੁੰਦਾ. ਸੁਹਾਨ ਇੱਧਰ ਦਾ ਵੇਖ, ਏਕਮ ਸੁਹਾਨ ਭੁੱਖ ਲੱਗੀ ਆ, ਹਾਸਾ ਵੀ ਮਸਾ ਹੀ ਨਿਕਲਦਾ ਪਿਆ. ਇੱਧਰ ਇੱਕ ਸਿੱਖ ਫੈਮਿਲੀ ਬੈਠੀ ਹੈ, ਉੱਧਰ ਮੁਸਲਿਮ ਬੈਠੇ ਨੇ, ਇੱਧਰ ਹਿੰਦੂ ਬੈਠੇ ਨੇ, ਇੱਕ ਯੂਨਿਟੀ ਦੀ ਅਨੋਖੀ ਮਿਸਾਲ ਦੇ ਰਹੇ ਨੇ. ਖਾਣਾ ਹਜੇ ਤੱਕ ਨਹੀਂ ਆਇਆ ਸਾਡਾ, ਅਤੇ ਬਸ ਹੋਰ ਕੋਈ ਕੰਮ ਨਹੀਂ ਹੈ. ਮੈਂ ਕਿਹਾ ਵੀਡੀਓ ਬਣਾ ਲਈਏ, ਬਾਰਿਸ਼ ਹੋ ਰਹੀ ਹੈ ਬਾਹਰ, ਮਾਹੌਲ ਦੇਖੋ ਸੋਹਣਾ ਲੱਗ ਰਿਹਾ. ਜਵਾਕਾਂ ਦਾ ਰੌਲਾ ਉਤੋਂ ਵੱਖਰਾ. ਹਾਈਬਰ ਫਾਰਮੇਸੀ, ਅੱਜ ਹੈਗੀ ਜੀ 14 ਅਪ੍ਰੈਲ, ਅਤੇ 2024, ਸਮਾਂ ਸਵੇਰ ਦੇ 5:20 ਦਾ. ਤੁਸੀਂ ਸੋਚ ਰਹੇ ਹੋਗੇ ਮੈਂ ਇੱਥੇ ਕਿਉਂ ਖੜ੍ਹਾ ਹੋਸਪਿਟਲ. ਇਹ ਸ਼੍ਰੀਨਗਰ ਦਾ ਹੋਸਪਿਟਲ ਆ, ਮਲਟੀ ਸਪੈਸ਼ਲਿਟੀ. ਐਕਚੁਲੀ ਰਾਤ ਇੱਥੇ ਮੇਰੀ ਡਿਨਰ ਟਾਈਮ ਇਹਨਾਂ ਲੋਕਾਂ ਨਾਲ ਗੱਲਬਾਤ ਹੋ ਰਹੀ ਸੀ. ਇਹ ਮਹਾਰਾਸ਼ਟਰ ਤੋਂ ਆਏ ਆ ਪਹਿਲਗਾਮ, ਅਤੇ ਹੋਰ ਇਹਨਾਂ ਨੇ ਸਾਰਾ ਘੁੰਮਿਆ, ਅਤੇ ਇਹਨਾਂ ਵਿੱਚੋਂ ਇੱਕ ਕਿਸੇ ਵਿਚਾਰੀ ਲੇਡੀ ਦਾ, ਮੈਡਮ ਦਾ ਨਾ ਪੇਟ ਖਰਾਬ ਹੋ ਗਿਆ, ਫੂਡ ਪੋਇਜ਼ਨਿੰਗ ਹੋ ਗਈ, ਕੋਈ ਐਸਾ ਵੈਸਾ ਖਾਧਾ ਗਿਆ ਕਿ ਉਹਨੂੰ ਕੋਈ ਟੈਕਸੀ ਵਾਲੇ ਨੇ ਸਮਾਂ ਸਵੇਰ ਦਾ ਜਿਵੇਂ 4:30-5 ਦਾ ਸੀਗਾ, ਅਤੇ ਕਿਸੇ ਟੈਕਸੀ ਵਾਲੇ ਨੇ ਹਾਂ ਨਹੀਂ ਕੀਤੀ ਹੋਸਪਿਟਲ ਆਉਣ ਵਾਸਤੇ. ਇਹਨਾਂ ਨੇ ਫਿਰ ਉੱਥੇ ਰਿਸੈਪਸ਼ਨ 'ਤੇ ਪੁੱਛਿਆ ਵੀ ਜੇ ਕਿਸੇ ਕੋਲ ਕਾਰ ਹੈਗੀ ਹੈ ਤਾਂ ਉਹ ਇਹ ਕੰਮ ਕਰੇ ਵੀ ਸਾਨੂੰ ਹੋਸਪਿਟਲ ਦਵਾਈ ਦਵਾ ਦੇ. ਬਹੁਤ ਬੁਰਾ ਹਾਲ ਆ. ਅਤੇ ਫਿਰ ਮੇਰਾ ਇਹਨਾਂ ਨੇ ਦਰਵਾਜ਼ਾ ਖੜਕਾਇਆ, ਆਪਾਂ ਤਾਂ ਸੁੱਤੇ ਪਏ ਸੀਗੇ. ਮੈਨੂੰ ਕਹਿੰਦੇ ਵੀ ਐਂ ਜਾ ਕੇ ਦਵਾਈ ਲੈ ਕੇ ਆਉਣੀ ਹੈ, ਬਹੁਤ ਬੁਰਾ ਹਾਲ ਆ. ਮੈਂ ਕਿਹਾ ਵੀ
ਚਲੋ ਫਿਰ ਮੈਂ ਆਪਦਾ ਮੂੰਹ ਮਾਂ ਧੋ ਕੇ ਬਿਨਾਂ ਬਰੱਸ਼ ਕਰੇ ਤੋਂ ਹੀ ਆ ਗਿਆ ਇਹਨਾਂ ਦੇ ਕੋਲ। ਹੁਣ ਅਸੀਂ ਇੱਥੇ ਹੋਸਪਿਟਲ ਖੜੇ ਹਾਂ, ਦਵਾਈ ਲੈਣ ਗਏ ਵੇ ਅੰਦਰ, ਵਿਚਾਰੀ ਔਖੀ ਆ। ਮੈਂ ਕਿਹਾ ਇਹਨਾਂ ਤਾਂ ਆਪਣਾ ਫਰਜ਼ ਬਣਦਾ ਕਿ ਇਹਨਾਂ ਦੀ ਹੈਲਪ ਕਰੀਏ। ਹੁਣ ਦੇਖਦੇ ਹਾਂ ਵੀ ਕਿੰਨਾ ਟਾਈਮ ਲੱਗਦਾ, ਹਜੇ 5 ਮਿੰਟ ਹੀ ਹੋਏ ਅੰਦਰ ਗਿਆ ਨੂੰ, ਮੇ ਵੀ ਡਾਕਟਰ ਹੈਗਾ ਕਿ ਨਹੀਂ ਹੈਗਾ, ਉਹ ਮੈਂ ਵੀ ਜਾ ਕੇ ਵੇਖਦਾ ਅੰਦਰ। ਵੈਸੇ ਉਹ ਆਪ ਗਏ ਹੋਏ ਆ ਦਵਾਈ ਲੈਣ। ਚਲੋ ਕੀ ਕਰ ਸਕਦੇ ਹਾਂ, ਆਪਣਾ ਕੰਮ ਆ ਕਿਸੇ ਦੇ ਹੈਲਪ ਆਉਣ, ਬਾਕੀ ਰੱਬ ਦੀ ਮਿਹਰ ਆ, ਜੇ ਹੋ ਜੇ ਤਾਂ ਸਭ ਠੀਕ ਹੈ। ਚੰਗਾ ਜੀ, ਮਿਲਦੇ ਹਾਂ। ਅੱਛਾ ਹੋਸਪਿਟਲ ਬਣਿਆ ਹੋਇਆ, ਸਾਫ਼ ਸੁਥਰਾ, ਕਲੀਨ ਹੈ। ਉਹ ਜਿਹੜੇ ਬਜ਼ੁਰਗ ਜੀ ਹੈ ਆਪਣੇ ਨਮਾਜ਼ ਅਦਾ ਕਰਨ ਲੱਗੇ, ਇਹ ਬਹੁਤ ਮਿਹਨਤੀ ਨੇ ਹੋਟਲ ਦੇ ਵਿੱਚ, ਇਹ ਇਹਨਾਂ ਨੇ ਦਰਵਾਜ਼ਾ ਖੜਕਾਇਆ। ਬਹੁਤ ਨੇਕ ਬੰਦੇ ਆ, ਬਹੁਤ ਕੰਮ ਕਰਦੇ ਆ, ਭਾਵੇਂ ਜੋਬ ਇਹਨਾਂ ਦੀ ਇੱਥੇ ਵੇਟਰ ਵਾਲੀ ਹੈ, ਪਰ ਇਹਨਾਂ ਨੇ ਬਹੁਤ ਇੱਥੇ ਲੋਕਾਂ ਦੀ ਹੈਲਪ ਕਰਦੇ, ਦਿਲੋਂ ਲੋਕਾਂ ਨੂੰ ਹੈਲਪ ਕਰਦੇ ਆ। ਇਹ ਹੋਟਲ ਜਮਰੂਦ ਦੇ ਵਿੱਚ ਨੌਕਰੀ ਕਰਦੇ ਆ, ਬਹੁਤ ਨੇਕ ਇਨਸਾਨ ਲੱਗੇ। ਆ ਜਿਹੜੇ ਬਾਈ ਜੀ ਇਹਨਾਂ ਦਾ ਨਾਮ ਗੁਲਾਮ ਜੀ, ਕਿਆ ਹਾਲ ਹੈ ਗੁਲਾਮ ਜੀ? ਹਾਂ ਮੈਂ ਆਪਣੇ ਦੋਸਤੋਂ ਕੋ ਵੀਡੀਓ ਸ਼ੇਅਰ ਕਰੂੰਗਾ ਜੀ। ਕਿਆ ਹਾਲ ਹੈ? ਬਹੁਤ ਅੱਛੀ ਲੱਗੀ ਆਪਕੀ ਸੇਵਾ। ਓਕੇ, ਔਰ ਇਹ ਇਨਕਾ ਹੈ, ਇਹ ਬਫੇ ਸਿਸਟਮ ਹੈ ਇੱਥੇ, ਔਰ ਖਾਣਾ ਵਧੀਆ ਇਹਨਾਂ ਦਾ, ਬਹੁਤ ਵਧੀਆ। ਇਹ ਜਿਹੜਾ ਪੈਕੇਜ ਹੀ ਸੀਗਾ, ਇੱਕ ਕਮਰੇ ਦੇ ਨਾਲ ਤੁਸੀਂ ਬਫੇ ਸਿਸਟਮ ਹੈ। ਕਮਰਾ ਤੁਹਾਨੂੰ ਸ਼ਾਇਦ ਸੀਜ਼ਨ ਕਰਕੇ ਥੋੜ੍ਹਾ ਮਹਿੰਗਾ ਮਿਲਿਆ, 6500 ਰੁਪਏ, ਪਰ ਕਹਿੰਦੇ ਔਫ ਸੀਜ਼ਨ 'ਚ ਇਹ ਅੱਧਾ ਰੇਟ ਰਹਿ ਜਾਂਦਾ ਇਹਦਾ। ਸਹੀ ਬੈਸਟ ਮੌਸਮ ਕਹਿੰਦੇ ਨਾ ਇੱਥੇ ਆਉਣ ਦਾ, ਸਤੰਬਰ ਅਕਤੂਬਰ ਹੈ ਸ਼੍ਰੀਨਗਰ, ਉਦੋਂ ਡਰਾਈ ਮੌਸਮ ਹੁੰਦਾ, ਹਰਿਆਲੀ ਵੀ ਹੁੰਦੀ ਹੈ। ਸਤੰਬਰ ਅਕਤੂਬਰ ਦੇ ਵਿੱਚ ਕਦੇ ਟਰਾਈ ਕਰਾਂਗੇ। ਕੱਲ੍ਹ ਦੀ ਦੁਪਹਿਰ ਦੀ ਬਾਰਿਸ਼ ਲਗਾਤਾਰ ਹੋ ਰਹੀ ਹੈ, ਇੰਨਾ ਮੀਂਹ ਪੈ ਰਿਹਾ ਕਿ ਅਸੀਂ ਅੱਧਾ ਸ਼੍ਰੀਨਗਰ ਵੀ ਨਹੀਂ ਘੁੰਮ ਪਾਏ, 3 ਅਸੀਂ ਬਾਗ ਘੁੰਮੇ ਸੀਗੇ। ਉਸ ਤੋਂ ਬਾਅਦ ਮੀਂਹ ਨੇ ਸਾਡਾ ਜਿਹੜਾ ਸਾਰਾ ਦਿਨ ਖਰਾਬ ਕਰਤਾ, ਇੱਕ ਟ੍ਰੈਫਿਕ ਇੰਨਾ ਹੋ ਗਿਆ, ਸਾਰਾ ਸਮਝ ਲਓ ਅੱਧਾ ਦਿਨ ਸਾਡਾ ਟ੍ਰੈਫਿਕ 'ਚ ਗੁਜ਼ਰ ਗਿਆ। ਅਤੇ ਹੁਣ ਵੀ ਬਹੁਤ ਬਾਰਿਸ਼ ਹੋ ਰਹੀ ਹੈ। ਇਹ ਲੌਬੀ ਹੈ, ਇਹ ਕਹਿੰਦੇ ਹੋਟਲ 80 ਸਾਲ ਪੁਰਾਣਾ, ਜਮਰੂਦ, ਬਿਲਕੁਲ ਲੇਕ ਦੇ ਸਾਹਮਣੇ। ਅਤੇ ਬਾਰਿਸ਼ ਬਾਈ ਜੀ ਕੱਲ੍ਹ ਦੁਪਹਿਰ ਦੀ ਹੋ ਰਹੀ ਹੈ, ਇੰਨੀ ਜ਼ਿਆਦਾ ਸਮੱਸਿਆ ਲੋਕਾਂ ਨੂੰ ਆ ਰਹੀ ਹੈ ਜਿਹੜੇ ਆਏ ਸੀ ਘੁੰਮਣ, ਕਿ ਹੁਣ ਨਾ ਤਾਂ ਬਹਿ ਸਕਦੇ ਆ ਕਮਰਿਆਂ ਦੇ ਵਿੱਚ ਅਤੇ ਨਾ ਬਾਹਰ ਜਾ ਸਕਦੇ ਆ। ਅਸੀਂ ਵੀ ਵੈਦਰ ਦਾ ਹਾਲ ਚਾਲ ਅੱਗੇ ਦੇਖ ਕੇ ਨਹੀਂ ਤੁਰੇ, ਜਿੱਦਾਂ ਆਏ ਉਹਦੇ ਬਹੁਤ ਵਧੀਆ ਮੌਸਮ ਸੀ, ਅਗਲੇ ਦਿਨ ਬਾਰਿਸ਼ ਸ਼ੁਰੂ ਹੋ ਗਈ। ਹੁਣ ਇਸ ਕਰਕੇ ਸਾਨੂੰ ਕੋਈ ਘੁੰਮ ਨਹੀਂ ਸਕਦੇ ਨਾ ਬੈਠ ਸਕਦੇ ਹਾਂ, ਅਤੇ ਅਸੀਂ ਯੂ ਟਰਨ ਲੈਣ ਲੱਗੇ ਹਾਂ ਸ਼੍ਰੀਨਗਰ ਤੋਂ ਆਪਣੇ ਮੁਕਤਸਰ ਪੰਜਾਬ। ਇਹ ਸਾਡਾ ਜਿਹੜਾ ਟੂਰ ਆ ਲਗਭਗ 50% ਕਾਮਯਾਬ ਰਿਹਾ ਅਤੇ 50% ਨਹੀਂ ਕਾਮਯਾਬ ਰਿਹਾ, ਕਿਉਂਕਿ ਮੀਂਹ ਨੇ ਅਤੇ ਟ੍ਰੈਫਿਕ ਨੇ ਇੱਥੇ ਸਾਡਾ ਕੰਮ ਖਰਾਬ ਕਰਤਾ। ਇੱਥੋਂ ਲੇਕ ਦਾ ਨਜ਼ਾਰਾ ਇੱਦਾਂ ਦਿਖਦਾ, ਜਿਹੜੇ ਹੋਟਲ ਲੇਕ ਦੇ ਸਾਹਮਣੇ ਆ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਆ, ਜਿਹੜੇ ਥੋੜ੍ਹੇ ਜਿਹੇ ਪਿੱਛੇ ਹਟਵੇਂ ਆ ਉਹਨਾਂ ਦੇ ਰੇਟ ਰੀਜ਼ਨੇਬਲ ਆ। ਡਿਊ ਟੂ ਹੈਵੀ ਰੇਨ ਵੀ ਹੈਵ ਡਿਸਾਈਡਡ ਟੂ ਗੋ ਅਵਰ ਹੋਮ ਨਾਓ, ਬਹੁਤ ਜ਼ਿਆਦਾ ਮੀਂਹ ਪੈ ਰਿਹਾ, ਇਸ ਕਰਕੇ ਸਾਨੂੰ ਇੱਥੇ ਘੁੰਮਣ ਦਾ ਕੋਈ ਮਜ਼ਾ ਨਹੀਂ ਹੈ, ਕੋਈ ਰਹਿ ਨਹੀਂ ਸਕਦੇ, ਹੋਟਲ ਮਹਿੰਗੇ ਆ, ਨਾ ਕੋਈ ਇੰਜੋਏ ਕਰ ਪਾ ਰਹੇ ਹਾਂ। 2 ਦਿਨਾਂ ਤੋਂ ਬਾਰਿਸ਼ ਕਹਿੰਦੇ ਹੋਰ ਹੋਈ ਜਾਣੀ ਹੈ ਅਤੇ ਕੱਲ੍ਹ ਤੋਂ ਜਾਰੀ ਹੈ, ਇਸ ਹਿਸਾਬ ਨਾਲ ਤਾਂ ਜਮ੍ਹਾਂ ਫਾਇਦਾ ਹੀ ਨਹੀਂ ਕੋਈ ਇੱਥੇ ਰੁਕਣ ਦਾ। ਅਸੀਂ ਡਿਸਾਈਡ ਕਰ ਲਿਆ ਕਿ ਅਸੀਂ ਅੱਜ ਇੱਥੋਂ ਯੂ ਟਰਨ ਪਾ ਲਿਆ ਅਤੇ ਹੁਣ ਚੱਲਦੇ ਹਾਂ ਘਰ ਨੂੰ। ਸ਼੍ਰੀਨਗਰ ਦੇ ਵਿੱਚ ਹੀ ਤਾਂ ਨਹੀਂ ਹੈ, ਰੇਨ ਭਾਵਾਂ ਸਲੋ ਆ ਬਟ ਲਗਾਤਾਰ ਹੈ, ਅਜੇ ਇਹ ਵੀ ਨਹੀਂ ਪਤਾ ਰਾਸਤੇ ਦੇ ਵਿੱਚ ਜਿੱਥੇ ਰਾਮਬਨ ਆਉਂਦਾ ਜਾਂ ਬਨੀਹਾਲ ਆਉਂਦਾ ਉਨਾ ਕੁ ਜਿਹੜਾ ਏਰੀਆ ਅੰਡਰ ਕੰਸਟਰਕਸ਼ਨ ਹੋਣ ਕਰਕੇ ਉੱਥੇ ਲੈਂਡਸਲਾਈਡਿੰਗ ਹੋ ਸਕਦੀ ਹੈ, ਅਤੇ ਜੇ ਉੱਥੇ ਸਟੱਕ ਹੋ ਗਏ ਤਾਂ ਫਿਰ ਪਤਾ ਨਹੀਂ ਯੂ ਟਰਨ ਕਿਸੇ ਪਾਸੇ ਨੂੰ ਲੈਣਾ ਪਵੇ ਜਾਂ ਉੱਥੇ ਕੋਈ ਰੂਮ ਲੈਣਾ ਪਵੇ। ਸੋ ਮੈਂ ਇਹ ਕਹੂੰਗਾ ਵੀ ਜੇ ਤੁਸੀਂ ਕਦੇ ਵੀ ਇੱਧਰ ਨੂੰ ਆਉਣਾ ਤਾਂ ਥੋੜ੍ਹਾ ਜਿਹਾ ਵੈਦਰ ਨੂੰ 2-3 ਜਾਂ ਅਗਲੇ ਹਫ਼ਤੇ ਦਾ ਦੇਖ ਕੇ ਆਉਣਾ ਵੀ ਕਿੱਦਾਂ ਦਾ ਰਹਿਣਾ, ਨਹੀਂ ਤਾਂ ਫਿਰ ਤੁਹਾਡੇ ਪੈਸੇ ਵੀ ਲੱਗਦੇ ਆ ਅਤੇ ਮਜ਼ਾ ਵੀ ਕਿਰਕਰਾ ਹੋ ਜਾਂਦਾ। ਅਸੀਂ ਪਹੁੰਚ ਗਏ ਜੀ ਅਨੰਤਨਾਗ
ਇੱਕ ਡਿਸਟ੍ਰਿਕਟ ਹੈ ਅਨੰਤਨਾਗ ਇੱਕ ਡਿਸਟ੍ਰਿਕਟ ਹੈ ਜਿੱਥੋਂ ਦੋ ਸੜਕਾਂ ਨਿਕਲਦੀਆਂ ਇੱਕ ਪਹਿਲਗਾਮ ਨੂੰ ਚਲੀ ਜਾਂਦੀ ਹੈ ਜਿਹੜੀ ਅਮਰਨਾਥ ਯਾਤਰਾ ਵਾਲੇ ਹੁੰਦੇ ਆ ਉਹ ਸਾਰੇ ਪਹਿਲਗਾਮ ਚਲੇ ਜਾਂਦੇ ਆ ਅਗਲੇ ਸ਼ਾਇਦ ਜੂਨ ਤੋਂ ਪੰਜ ਜੂਨ ਤੋਂ ਅਮਰਨਾਥ ਯਾਤਰਾ ਸ਼ੁਰੂ ਹੁੰਦੀ ਹੈ ਕਿਉਂ ਚੌੜ ਕਰੀ ਜਾਂਦੇ ਅਤੇ ਅਨੰਤਨਾਗ ਤੋਂ ਹੀ ਇੱਕ ਸੜਕ ਸ਼੍ਰੀਨਗਰ ਨੂੰ ਹੋ ਜਾਂਦੀ ਹੈ ਅਨੰਤਨਾਗ ਸਭ ਤੋਂ ਪਹਿਲਾਂ ਇੱਕ ਆਉਂਦਾ ਉਧਮਪੁਰ ਤੋਂ ਬਾਅਦ ਆਉਂਦਾ ਉਧਮਪੁਰ ਪਹਿਲਾ ਡਿਸਟ੍ਰਿਕਟ ਆਉਂਦਾ ਜੰਮੂ ਕਸ਼ਮੀਰ ਦਾ ਫਿਰ ਜੰਮੂ ਆ ਜਾਂਦਾ ਫਿਰ ਅਨੰਤਨਾਗ ਆਉਂਦਾ ਫਿਰ ਅਨੰਤਨਾਗ ਤੋਂ ਅੱਗੇ ਅਵੰਤੀਪੁਰ ਅਤੇ ਹੋਰ ਡਿਸਟ੍ਰਿਕਟ ਆਈ ਜਾਂਦੇ ਆ ਅਤੇ ਫਿਰ ਜਾ ਕੇ ਸ਼੍ਰੀਨਗਰ ਆ ਜਾਂਦਾ ਉੱਧਰ ਪਹਿਲਗਾਮ ਨੂੰ ਅਲੱਗ ਤੋਂ ਸੜਕ ਚਲੀ ਜਾਂਦੀ ਹੈ ਪਰ ਸਾਡਾ ਜਿਹੜਾ ਟੂਰ ਆ ਮੀਂਹ ਨੇ ਕਰਤਾ ਪੂਰਾ ਖਰਾਬ ਹੁਣ ਅਸੀਂ ਕਿਤੇ ਨਹੀਂ ਚੱਲੇ ਹੁਣ ਤਾਂ ਅਸੀਂ 40 ਮੁਕਤਿਆਂ ਦੀ ਧਰਤੀ ਵੱਲ ਨੂੰ ਸੋਚ ਲਿਆ ਵੀ ਚੱਲੇ ਹਾਂ 40 ਮੁਕਤਿਆਂ ਦੀ ਧਰਤੀ 'ਤੇ 40 ਮੁਕਤਿਆਂ ਦੀ ਧਰਤੀ 'ਤੇ ਸਾਹਮਣੇ ਆ ਗਈ ਜੀ ਇੱਕ ਫੇਰ ਟਨਲ ਸਾਹਮਣੇ ਆ ਗਈ ਜੀ ਟਨਲ ਜਿਹਦਾ ਨਾਮ ਹੈਗਾ ਬਨੀਹਲ ਕਾਜ਼ੀਗਨ ਲੈਂਥ ਇਹਦੀ ਹੈਗੀ ਹੈ 8.45 ਕਿਲੋਮੀਟਰ ਇਹ ਵਨ ਵੇ ਹੈ ਆਉਣ ਵਾਸਤੇ 8 ਟਨਲ ਆ ਜਾਣ ਵਾਸਤੇ 8 ਟਨਲ ਹੈ ਜੀ ਆਪਣੇ ਵਾਲੇ ਉਹ ਲੰਘ ਕੇ ਫੁਰਤੀ ਨਾਲ ਅੱਗੇ ਅਤੇ ਪਾਪਾ ਵੀ ਲੰਘੀਏ ਇਹਨਾਂ ਤੋਂ ਇੱਕ ਵਾਰੀ ਓਵਰਟੇਕ ਨੂੰ ਕਰਦੇ ਵੈਸੇ ਇੱਥੇ ਮਨਾਹੀ ਆ ਓਵਰਟੇਕ ਨਹੀਂ ਕਰ ਸਕਦੇ ਭਾਵਾਂ ਬਾਰਿਸ਼ ਆ ਭਾਵਾਂ ਕਿਵੇਂ ਵੀ ਆ ਪਰ ਇਸ ਏਰੀਏ ਨੂੰ ਜੰਨਤ ਨਾ ਕਹਾਂਗੇ ਤਾਂ ਕਿਵੇਂ ਕਹਾਂਗੇ ਯਾਰ ਹੋਰ ਕੀ ਕਹੀਏ ਜੰਨਤ ਨਾ ਕਹਾਂਗੇ ਤਾਂ ਕੀ ਕਹਾਂਗੇ ਸਮਝ ਤੋਂ ਬਾਹਰ ਆ ਗੱਲ ਬਹੁਤ ਸੋਹਣਾ ਇਹ ਮਾਹੌਲ ਇੱਥੇ ਮੀਂਹ ਪੈ ਕੇ ਤਾਂ ਇਹ ਏਰੀਆ ਹੋਰ ਬਹੁਤ ਸੋਹਣਾ ਬਣ ਜਾਣਾ ਉਹ ਟ੍ਰੇਨ ਜਾ ਰਹੀ ਹੈ ਉੱਪਰ ਉੱਪਰ ਟ੍ਰੇਨ ਜਾ ਰਹੀ ਹੈ ਬੱਦਲ ਖੇਤ ਆ ਛੋਟੇ ਛੋਟੇ ਖੇਤ ਬਣੇ ਹੋਏ ਕਿਆ ਬਾਤਾਂ ਹੀ ਹੈ ਜੀ ਮਾਹੌਲ ਇੰਨਾ ਸੋਹਣਾ ਨਾ ਬਿਆਨ ਕਰਨਾ ਔਖਾ ਹੀ ਹੈ ਜਾਮ ਲੱਗਿਆ ਪਿਆ ਜੀ ਮੀਂਹ ਨੇ ਨਾਲ ਮੈਨੂੰ ਲੱਗਦਾ ਸਲਾਈਡਿੰਗਾਂ ਨਾ ਹੋ ਗਈਆਂ ਹੁਣ ਕਿਤੇ ਜਦੋਂ ਤੁਸੀਂ ਸ਼੍ਰੀਨਗਰ ਤੋਂ ਚੱਲਦੇ ਹਾਂ ਅਤੇ ਉਧਮਪੁਰ ਤੋਂ ਆਉਣ ਤੋਂ ਪਹਿਲਾਂ ਇੱਕ ਪਿੰਡ ਆਉਂਦਾ ਨਸ਼ਹਿਰੀ ਅਤੇ ਉੱਥੋਂ ਟਨਲ ਸ਼ੁਰੂ ਹੁੰਦੀ ਹੈ ਚਨੈਨੀ ਤੱਕ 9 ਕਿਲੋਮੀਟਰ ਤੱਕ ਉਹ ਟਨਲ ਬਾਈਪਾਸ ਆ ਇੱਕ ਹਿੱਲ ਸਟੇਸ਼ਨ ਜਿਹਦਾ ਨਾਮ ਆ ਪਤਨੀ ਟੋਪ ਅਸੀਂ ਉਹ ਹਿੱਲ ਸਟੇਸ਼ਨ 'ਤੇ ਜਾਂਦੇ ਪਏ ਹਾਂ ਜਿਹਨੇ ਪਤਨੀ ਟੋਪ ਜਾਣਾ ਉਹਨਾਂ ਨੂੰ ਉਸਨੂੰ ਤਾਂ ਇਸ ਟਨਲ ਵਿੱਚ ਦੀ ਨਹੀਂ ਗੁਜ਼ਰਨ ਦੀ ਲੋੜ ਉਹਨੂੰ ਬਿਨਾਂ ਟਨਲ ਤੋਂ ਹੀ ਮੁੜਨਾ ਪੈਂਦਾ ਨਸ਼ਹਿਰੀ ਤੋਂ ਖੱਬੇ ਹੱਥ ਟੋਲ ਵੀ ਵੱਜ ਜਾਂਦਾ ਉਹਨਾਂ ਅਤੇ ਜਿਹਨੇ ਨਹੀਂ ਜਾਣਾ ਪਤਨੀ ਟੋਪ ਉਹ ਫਿਰ ਸਿੱਧਾ ਚਲਾ ਜਾਂਦਾ